ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਮਾਈਸਰਖਾਨਾ ਯਾਤਰਾ ਸੰਘ ਰਾਮਾ ਮੰਡੀ ਵੱਲੋਂ ਸ਼ਹਿਰ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ 100 ਸ਼ਰਧਾਲੂਆਂ ਦਾ ਜੱਥਾ 64ਵੀਂ ਮੁਫ਼ਤ ਬੱਸ ਯਾਤਰਾ ਰਾਹੀਂ ਰਾਮਾ ਮੰਡੀ ਗਊਸ਼ਾਲਾ ਤੋਂ ਰਵਾਨਾ ਹੋਇਆ। ਇਸ ਮੌਕੇ ਸੰਘ ਦੇ ਪ੍ਰਧਾਨ ਰਾਜੂ ਲਹਿਰੀ ਨੇ ਦੱਸਿਆ ਕਿ ਸੰਘ ਵੱਲੋਂ ਹਰ ਮਹੀਨੇ ਦੀ ਛੱਠ ਨੂੰ ਰਾਮਾ ਮੰਡੀ ਤੋਂ ਮੁਫ਼ਤ ਬੱਸ ਸੇਵਾ ਮਾਤਾ ਦੇ ਦਰਬਾਰ ਮਾਈਸਰਖਾਨਾ ਵਿਖੇ ਜਾਂਦੀ ਹੈ। ਮੈਂ ਆਸ਼ੂ ਕੁਮਾਰ ਬੰਸਲ, ਮਾਈਸਰਖਾਨਾ ਯਾਤਰਾ ਸੰਘ ਦਾ ਇੰਚਾਰਜ, ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਸਾਡੀ ਇਹ ਯਾਤਰਾ ਸੰਘ ਵੱਲੋਂ 64ਵੀਂ ਬੱਸ ਯਾਤਰਾ ਅੱਜ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਰਾਮੇ ਤੋਂ ਮਾਈਸਰਖਾਨੇ ਮੁਫ਼ਤ ਆਈ ਹੈ, ਜਿਸ ਵਿੱਚ ਲਗਭਗ ਮੰਡੀ ਵਿੱਚੋਂ 350 ਲੋਕਾਂ ਨੇ ਇੱਥੇ ਆ ਕੇ ਮਾਤਾ ਦੇ ਦਰਬਾਰ ਹਾਜ਼ਰੀ ਭਰੀ। ਇਸ ਮੰਦਿਰ ਵਿੱਚ ਦੂਰ ਦੂਰ ਤੋਂ 1500 ਤੋਂ ਲੈ ਕੇ 2500 ਦੇ ਵਿੱਚ ਲੋਕ ਪਹੁੰਚੇ ਹਨ ਅਤੇ ਰਾਧਾ ਕ੍ਰਿਸ਼ਨ ਸਾਈਕਲ ਯਾਤਰਾ ਮੋੜ ਮੰਡੀ ਦੁਆਰਾ ਮਹਾਮਾਈ ਦਾ ਗੁਣਗਾਨ ਕੀਤਾ ਗਿਆ। ਇਹ ਮੰਦਿਰ ਬਹੁਤ ਹੀ ਇਤਿਹਾਸਿਕ ਮੰਦਿਰ ਹੈ, ਜਿੱਥੇ ਹਰ 6 ਮਹੀਨਿਆਂ ਤੋਂ ਮਹਾਮਾਈ ਦਾ ਬਹੁਤ ਭਾਰੀ ਮੇਲਾ ਲੱਗਦਾ ਹੈ, ਜਿੱਥੇ ਤਕਰੀਬਨ ਲੱਖਾਂ ਦੇ ਵਿੱਚ ਲੋਕ ਮਹਾਮਾਈ ਦੇ ਦਰਬਾਰ 'ਤੇ ਆ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, ਚੈਨਲ 2।